ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮਿਨੈਂਸ ਨੂੰ ਸੂਬੇ ਦੇ ਹਵਾਲੇ ਕਰਨ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਸ ਚ ਝੜ ਗਏ ਨੇ ਇੱਕ ਪਾਸੇ ਵਿਧਾਇਕ ਨੇ ਸੋਸ਼ਲ ਮੀਡੀਆ ਉਤੇ ਪੰਜਾਬ ਸਰਕਾਰ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ਉੱਥੇ ਹੀ ਦੂਜੇ ਪਾਸੇ ਇੱਕ ਹੋਰ ਵਿਧਾਇਕ ਨੇ ਇਸ ਉੱਤੇ ਸਵਾਲ ਖੜੇ ਕਰ ਦਿੱਤੇ ਇਹ ਸਵਾਲ ਸਾਬਕਾ ਆਈਜੀ ਅਤੇ ਅੰਮ੍ਰਿਤਸਰ ਨੌਰਥ ਤੋਂ ਵਿਧਾਇਕ ਕੁਵਰ ਵਿਜੇਪ੍ਰਤਾਪ ਸਿੰਘ ਦੇ ਵੱਲੋਂ ਖੜੇ ਕੀਤੇ ਗਏ ਨੇ ਦਰਸਲ ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨੀਜਰ ਨੇ ਆਪਣੇ ਫੇਸਬੁਕ ਅਕਾਊਂਟ ਉਤੇ ਸਕੂਲ ਆਫ ਐਮਿਨਸ ਦੇ ਖੁੱਲਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਉਹਨਾਂ ਨੇ ਇਸ ਪੋਸਟ ਦੇ ਨਾਲ ਕਈ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਲੇਕਿਨ ਇਸ ਦੇ نیچے ਸਾਬਕਾ ਆਈਜੀ ਅਤੇ ਅੰਮ੍ਰਿਤਸਰ ਨੌਰਥ ਤੋਂ ਵਿਧਾਇਕ ਕੁਵਰ ਵਿਜੇਪ੍ਰਤਾਪ ਨੇ ਪੋਸਟ ਪਾ ਕੇ ਸਵਾਲ ਖੜੇ ਕਰ ਦਿੱਤੇ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਪੋਸਟ ਵਿੱਚ ਕਿਹਾ ਡਾਕਟਰ ਸਾਹਿਬ ਤੁਹਾਨੂੰ ਵੀ ਵਧਾਈ ਕਿਰਪਾ ਮੈਨੂੰ ਵੀ ਇਹ ਸਕੂਲ ਦਿਖਾ ਦਿਓ ਜੇਕਰ ਇੱਥੇ ਕੁਝ ਨਿਆ ਬਣਿਆ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਇਹ ਪਹਿਲਾਂ ਤੋਂ ਹੀ ਬਿਹਤਰੀਨ ਸਕੂਲ ਸੀ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਪਹਿਲਾਂ ਹੀ ਸਮਾਰਟ ਸਕੂਲ ਬਣਾ ਦਿੱਤਾ ਸੀ ਮੈਂ ਵੀ ਇੱਥੇ ਕਈ ਵਾਰ ਗਿਆ ਇਸ ਸਕੂਲ ਦੇ ਵਿੱਚ ਜਰੂਰ ਕੁਝ ਬਦਲਾਵ ਹੋਏ ਹੋਣਗੇ ਜਿੱਥੇ ਤੱਕ ਮੈਨੂੰ ਪਤਾ ਹੈ ਸਤਪਾਲ ਡਾਂਗ ਜੀ ਨੇ ਇਸ ਸਕੂਲ ਦਾ ਚਿਹਰਾ ਬਦਲ ਦਿੱਤਾ ਹੈ ਉਹਨਾਂ ਦੀ ਭਤੀਜੀ ਮધુ ਡਾਂਗ ਨੇ ਹਾਲੀ ਦੇ ਵਿੱਚ ਇੱਥੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿਸ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਅਫਸਰ ਮਿਲਿਆ ਇਸ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਹੈ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਅਸੀਂ ਬਿਹਤਰੀਨ ਸਕੂਲ ਬਣਾਉਣ ਦਾ ਵਾਅਦਾ ਕੀਤਾ ਹੈ ਕਿਰਪਾ ਕਰਕੇ ਮੈਨੂੰ ਇਸ ਬੰਦੀ ਜਾਣਕਾਰੀ ਦਿਓ ਇਸ ਪੋਸਟ ਦੇ ਆਉਣ ਦੇ ਨਾਲ ਪੰਜਾਬ ਆਪ ਦੇ ਵਿੱਚ ਹਲਚਲ ਵੱਧ ਗਈ ਹੈ ਚੈਨਲ ਵਾਈ ਚੈਨਲ ਵਾਈ ਅ ਸਾਊਥ ਈਸ਼ੀਅਨ ਕੈਨੇਡੀਅਨ ਚੈਨਲ